ਕੂੜੇ ਦੇ ਡੰਪ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਮਿੱਤਰ ਅਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਘਰ ਬਾਹਰ ਮਹਿਲਾਵਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਰੋਸ ਵਧਿਆ ਤਾਂ ਵਿਧਾਇਕ ਦੇ ਪਿਤਾ ਆਪਣੀ ਕੋਠੀ ਤੋਂ ਬਾਹਰ ਆਏ ਤੇ ਖੁਦ ਮਹਿਲਾਵਾਂ ਨਾਲ ਉਲਝ ਗਏ। ਵਿਧਾਇਕ ਦੇ ਪਿਤਾ ਨੇ ਮਹਿਲਾਵਾਂ ਨੂੰ ਕਿਹਾ ਕਿ ਉਹਨਾਂ ਨੂੰ ਦਾਲ ਰੋਟੀ ਮਿਲ ਰਹੀ ਹੈ ਜਿਸ ਕਾਰਨ ਉਹਨਾਂ ਦੀ ਆਵਾਜ਼ ਨਿਕਲ ਰਹੀ ਹੈ। ਮਹਿਲਾਵਾਂ ਨੇ ਜਦ ਕਿਹਾ ਕਿ ਪ੍ਰਗਟ ਸਿੰਘ ਨੂੰ ਉਹਨਾਂ ਦੀਆਂ ਹੀ ਵੋਟਾਂ ਨੇ ਵਿਧਾਇਕ ਬਣਾਇਆ ਤਾਂ ਪ੍ਰਗਟ ਸਿੰਘ ਦੇ ਪਿਤਾ ਨੇ ਕੀ ਜਵਾਬ ਦਿੱਤਾ ਉਹ ਵੀ ਸੁਣੋ। ਤੁਹਾਨੂੰ ਹੁਣ ਕੀ ਚਾਹੀਦਾ ਕੀ, ਕਿਉਂਕਿ ਉਹ ਤੁਹਾਨੂੰ ਉੱਥੇ ਲੋਕਾਂ ਦੀ ਦੋ ਦੋ ਲੱਖ ਦੋ ਦੋ ਕਰੋੜ ਦੀ ਕੋਠੀ ਪਾਈ ਹੋ, ਤੁਸੀਂ ਉੱਥੇ ਢੇਰ ਗਈ ਹੈ ਉੱਥੇ ਸਿੱਟਣਾ, ਜੇ ਤੁਹਾਨੂੰ ਕਹਿੰਦੇ ਤਾਂ ਉੱਥੇ ਪਾਣੇ ਪਾਸੇ ਕਿੱਥੇ ਜਾ ਕੇ ਪੰਚਾਇਤ ਦੀ ਜ਼ਮੀਨ ਆ ਉੱਥੇ ਗੱਲ ਕੀਤੀ। ਜਿਹੜਾ ਬੰਦਾ ਹੈ ਨੀ ਗਾ ਉਹ ਨਾ ਆਵੇ, ਕੂੜੇ ਦੇ ਡੰਪ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਗਲਤ ਭਾਸ਼ਾ ਦੇ ਇਸਤੇਮਾਲ ਤੱਕ ਜਾ ਪਹੁੰਚਿਆ। ਇਸ ਸਭ ਵਿੱਚ ਨਵਜੋਤ ਸਿੰਘ ਸਿੱਧੂ ਦੇ ਮਿੱਤਰ ਅਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਕੋਈ ਵੀ ਬਿਆਨ ਫਿਲਹਾਲ ਸਾਹਮਣੇ ਨਹੀਂ ਆਇਆ। ਜਲੰਧਰ ਤੋਂ ਜਤਿੰਦਰ ਸ਼ਰਮਾ ਨਾਲ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂਨੋ SDS ਨੋਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।